ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾਕਟਰ ਵਿਨੋਦ ਸਰੀਨ ਜੀ ਦੇ ਹੁਕਮਾਂ ਅਨੁਸਾਰ ਹਰ ਹਫਤੇ ਫਰਾਈਡੇ ਡਰਾਈ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਐਪੀਡੈਮੀਓਲੋਜਿਸਟ ਡਾਕਟਰ ਵਨੀਤ ਬਲ ਨੇ ਜਾਣਕਾਰੀ ਦਿੱਤੀ ਕਿ ਡੇਂਗੂ ਮੱਛਰ ਸਾਫ਼ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਫਰਾਈਡੇ ਮਨਾਉਣ ਵਾਸਤੇ ਆਪਾਂ ਅੱਜ ਸਿਵਲ ਹਸਪੀਟਲ ਪਠਾਨਕੋਟ ਨੂੰ ਉਹਦੇ ਐਮਰਜੈਂਸੀ ਵਾਰਡ ਉਹਦੇ ਬਾਕੀ ਵਾਰਡ ਤੇ ਚੈੱਕ ਕੀਤਾ, ਕਿਤੇ ਕੋਈ ਬਲੀਡਿੰਗ ਪਲੇਸਿਸ ਤੇ ਨਹੀਂ ਮਿਲ ਰਹੀਆਂ, ਸਾਰਾ ਕੁਝ ਠੀਕ ਪਾਇਆ ਗਿਆ। ਕੁਝ ਕਮੀਆਂ ਸੀ ਉਹ ਆਪਾਂ ਦੱਸਤਾ ਸਿਸਟਰ ਇੰਚਾਰਜ ਨੂੰ। ਉਸ ਤੋਂ ਬਾਅਦ ਅਸੀਂ ਮਿਊਂਸੀਪਲ ਕਮੇਟੀ ਵੀ ਗਏ ਸੀ, ਉੱਥੇ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ ਵੀ ਗੱਲਬਾਤ ਹੋਈ ਹੈ ਕਿ ਪੂਰੇ ਪਠਾਨਕੋਟ ਸ਼ਹਿਰ ਦੇ ਵਿੱਚ ਆਪਾਂ ਕਿਸ ਤਰ੍ਹਾਂ ਜਿਹੜਾ ਵਾ ਆਉਣ ਵਾਲਾ ਜਿਹੜਾ ਡੇਂਗੂ ਸੀਜ਼ਨ ਹੈ ਜਾਂ ਮਲੇਰੀਆ ਸੀਜ਼ਨ ਹੈ ਉਹਨੂੰ ਕਿਸ ਤਰ੍ਹਾਂ ਇਸ ਦੀ ਬਲੀਡਿੰਗ ਨੂੰ ਘਟਾ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਬਾਵਾ ਮਹੱਲਾ ਜਾ ਕੇ ਵਿਜ਼ਿਟ ਕੀਤੀ ਹੈ, ਉੱਥੇ ਦੇਖਿਆ ਵਾ ਕਿ ਕਾਫ਼ੀ ਹਾਲਾਤ ਠੀਕ ਨਹੀਂ ਸੀ। ਲੋਕਾਂ ਨੂੰ ਜਾਗਰੂਕ ਕੀਤਾ ਤਾਂ ਲੋਕਾਂ ਨੂੰ ਇਹਦੇ ਵਿੱਚ ਸਹਿਯੋਗ ਦੇਣ ਦਾ, ਉਹਨਾਂ ਨੂੰ ਕਿਹਾ ਕਿ ਸਾਡਾ ਸਹਿਯੋਗ ਦਿਓ, ਤੁਹਾਡੇ ਸਹਿਯੋਗ ਨਾਲ ਹੀ ਇਹ ਪੋਸੀਬਲ ਹੋ ਸਕਦਾ। ਅੱਜ ਸਿਵਲ ਸੱਜਣ ਡਾਕਟਰ ਵਿਨੋਦ ਸਰੀਨ ਦੇ ਹੁਕਮਾਂ ਤੇ ਸਾਡੀ ਸਿਹਤ ਵਿਭਾਗ ਦੀ ਟੀਮ, ਜਿਸ ਦੀ ਅਗਵਾਈ ਜ਼ਿਲ੍ਹਾ ਐਪੀਡੈਮੀਓਲੋਜਿਸਟ ਡਾਕਟਰ ਵਨੀਤ ਬਲ ਕਰ ਰਹੇ ਸਨ, ਵੱਖ ਵੱਖ ਇਲਾਕਿਆਂ ਦੇ ਵਿੱਚ ਡਰਾਈ ਡੇ ਫਰਾਈਡੇ ਦੇ ਤੌਰ ਤੇ ਅਸੀਂ ਅੱਜ ਮਨਾਇਆ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਪੂਰੀ ਸਿਹਤ ਵਿਭਾਗ ਦੀ ਟੀਮ ਵੱਲੋਂ ਸਾਰੀ ਆਮ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਕੋਰੋਨਾ ਵਾਇਰਸ ਜਿਹੜਾ ਉਹ ਮਹਾਂਮਾਰੀ ਸਾਡੇ ਦੇਸ਼ ਵਿੱਚ ਫੈਲੀ ਪਈ ਆ, ਪੰਜਾਬ 'ਚ ਵੀ ਫੈਲੀ ਪਈ ਆ। ਸੋ ਅਸੀਂ ਇਕੱਲੀ ਕੋਰੋਨਾ ਵਾਇਰਸ ਬਿਮਾਰੀ ਦੇ ਵਾਸਤੇ ਹੀ ਨਾ ਲੋਕਾਂ ਨੂੰ ਜਾਗਰਿਤ ਕਰੀਏ ਕਿ ਸਾਨੂੰ ਜਿਹੜਾ ਡੇਂਗੂ ਹੀ ਆਣ ਕੇ ਘੇਰ ਲਵੇ। ਸੋ ਇਸ ਚੈਨਲ ਦੇ ਰਾਹੀਂ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਇਸ ਦੇ ਨਾਲ ਨਾਲ ਅਸੀਂ ਡੇਂਗੂ ਵਾਸਤੇ ਵੀ ਅਵੇਅਰ ਕਰਨਾ, ਘੱਟੋ ਘੱਟ ਹਫ਼ਤੇ ਦੇ ਸ਼ੁੱਕਰਵਾਰ ਡਰਾਈ ਡੇ ਫਰਾਈਡੇ ਮਨਾਉਣਾ। ਕੋਈ ਵੀ ਜਿਹੜਾ ਸਾਡਾ ਬਰਤਨ ਆ, ਜਿਵੇਂ ਅੱਜ ਵਿਜਿਟ ਕੀਤੀ ਆ ਲੋਕਾਂ ਦੇ ਘਰਾਂ ਦੇ ਵਿੱਚ, ਜਿਵੇਂ ਡਰੰਮ ਸੀਗੇ, ਪਾਣੀ ਵਾਲੀਆਂ ਹੋਰ ਟੱਬ ਸੀਗੇ, ਉਹ ਸ਼ਰੇਆਮ ਲੋਕਾਂ ਦੇ ਉਹ ਨੰਗੇ ਪਏ ਸੀ। ਮੈਂ ਰਿਕੁਐਸਟ ਕਰਾਂਗਾ ਵੀ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰ ਉਹਨਾਂ ਨੂੰ ਡਰਾਈ ਕਰਕੇ ਫੇਰ ਪਾਣੀ ਭਰਨਾ, ਕਿਉਂਕਿ ਡੇਂਗੂ ਦਾ ਲਾਰਵਾ ਇੱਕ ਹਫ਼ਤੇ ਦੇ ਵਿੱਚ ਤਿਆਰ ਹੋ ਕੇ ਤੇ ਉਹ ਬਿਲਕੁਲ ਮੱਛਰ ਬਣ ਜਾਂਦਾ, ਕੱਟਣ ਦੇ ਯੋਗ ਹੋ ਜਾਂਦਾ। ਸੋ ਮੈਂ ਰਿਕੁਐਸਟ ਕਰਾਂਗਾ ਆਪਣੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਕਿ ਉਹ ਵੀ ਲੋਕਾਂ ਨੂੰ ਜਾਗਰਿਤ ਕਰਨ ਤਾਂ ਕਿ ਅਸੀਂ ਇਸ ਤੋਂ ਵੀ ਬਚ ਸਕੀਏ। ਧੰਨਵਾਦ, ਮਿਹਰਬਾਨੀ, ਸ਼ੁਕਰੀਆ ਜੀ। ਪਠਾਨਕੋਟ ਤੋਂ ਅਜੇ ਕੁਮਾਰ ਦੀ ਰਿਪੋਰਟ।